ਇਸ ਯੂਐਸਏ ਸਟੱਡੀ ਵੀਜ਼ਾ ਵਿਦਆਊਟ ਆਇਲਸ ਬਹੁਤ ਜ਼ਿਆਦਾ ਇੱਦਸ ਸੁਣੀਆਂ ਵੇਖੀਆਂ ਠੀਕ ਆ ਇਹ ਅੱਜ ਦੀਆਂ ਨਹੀਂ ਹੈਗੀਆਂ ਬਹੁਤ ਪੁਰਾਣੀਆਂ ਵਾ ਤੇ ਵਿਦਆਊਟ ਆਇਲਸ ਅੱਜ ਨਹੀਂ ਬਹੁਤ ਪਹਿਲਾਂ ਤੋਂ ਅਪਲਾਈ ਹੁੰਦਾ ਆ ਰਿਹਾ ਵਾ ਬਟ ਇਹ ਆ ਵੀ ਹੁਣ ਜਿਹੜਾ ਏਜੰਟਸ ਵੱਲੋਂ ਇਹ ਚੀਜ਼ ਪ੍ਰਮੋਟ ਕੀਤੀ ਜਾ ਰਹੀ ਆ ਕਿ ਆ ਵਿਦਆਊਟ ਆਇਲਸ ਲੱਗ ਰਿਹਾ ਵਾ ਤੇ ਬਹੁਤ ਜ਼ਿਆਦਾ ਸਕਸੈਸ ਰੇਟ ਹੈਗਾ ਤੋਂ ਸਾਸਤਰੀ ਘੜ ਜੀ ਮੇਰਾ ਨਾਮ ਆ ਜੀ ਹੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ 47 YouTube ਚੈਨਲ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਹੀ ਇਹ ਕਰਨੀ ਆ ਜਿਹੜੀ USA स्टडी वीजा ਦੇ ਬਾਰੇ ਠੀਕ ਆ USA स्टडी वीजा ਬਹੁਤ ਜਿਆਦਾ ਪ੍ਰਮੋਟ ਕੀਤਾ ਜਾ ਰਿਹਾ ਵਾ ਆਪਣੇ ਪੰਜਾਬ ਦੇ ਵਿੱਚ ਏਜੰਟਸ ਵੱਲੋਂ ਠੀਕ ਆ ਤੇ ਅਗਰ ਤੁਸੀਂ ਕਿਸੇ ਹੋਰ ਸਟੇਟ ਤੋਂ ਵੇਖ ਰਿਹਾ ਤਾਂ ਉਹਨਾਂ ਉੱਥੇ ਵੀ ਕੀਤਾ ਜਾ ਰਿਹਾ ਹੋਣਾ ਵਾ ਤੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕ ਇਨਫੋਰਮੇਸ਼ਨ ਦੇਣਾ ਵਾ ਕਿਉਂਕਿ ਮੈਂ ਤੁਹਾਨੂੰ ਇੱਕ ਆਪਦਾ ਪਰਸਨਲ ਐਕਸਪੀਰੀਅੰਸ ਦੱਸਦਾ ਕਿ ਮੈਂ ਖੁਦ USA ਦੀ ਤਿੰਨ ਵਾਰ ਇੰਟਰਵਿਊ ਦੇ ਚੁੱਕਾ ਸਟੱਡੀ ਵੀਜ਼ੇ ਦੀ ਵਿਡ ਇੰਟਰਵਿਊ ਮੇਰੀ ਰਿਜੈਕਟ ਹੋ ਚੁੱਕੀ ਆ ਸੋ ਅਗਰ ਤੁਹਾਨੂੰ ਲੱਗਦਾ ਕਿ ਇਹਦੀ ਖੁਦ ਦੀ ਤਾਂ ਇੰਟਰਵਿਊ ਰਿਜੈਕਟ ਹੋ ਗਈ ਸੀ ਇਹ ਸਾਨੂੰ ਕੀ ਦੱਸੂਗਾ ਤਾਂ ਤੁਸੀਂ ਵੀਡੀਓ ਛੱਡ ਸਕਦੇ ਆ ਬਟ ਮੇਰੇ ਕੋਲ ਉਹ ਐਕਸਪੀਰੀਅੰਸ ਹੈਗਾ ਵਾ ਜਿਹੜਾ ਤੁਸੀਂ ਆਨਲਾਈਨ ਟਾਈਮ 'ਚ ਲੈਣਾ ਵਾ ਠੀਕ ਆ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਠੀਕ ਆ ਸੋ ਮੈਂ ਉਹ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਹੋ ਸਕਦਾ ਉਹ ਐਕਸਪੀਰੀਅੰਸ ਦੇ ਹਿਸਾਬ ਤੇ ਤੁਹਾਡੇ ਤੁਹਾਡਾ ਉਹਦੇ ਵਿੱਚ ਬੈਨੀਫਿਟ ਹੋ ਜਾਵੇ ਤੁਹਾਡਾ ਫਾਇਦਾ ਹੋ ਜਾਵੇ ਠੀਕ ਆ ਬਾਕੀ ਤੁਹਾਡੀ ਡਿਮਾਂਡ ਤੇ ਆ ਅਗਰ ਤੁਸੀਂ ਕਮੈਂਟਸ ਕਰਕੇ ਦੱਸਦੇ ਆ ਕਿ ਸਾਨੂੰ ਇਸ ਬ ਸਭ ਤੋਂ ਪਹਿਲੀ ਗੱਲ ਮੈਂ ਕੋਈ ਏਜੰਟ ਨਹੀਂ ਹਾਂਗਾ ਨਾ ਮੈਂ ਕੋਈ ਕਿਸੇ ਏਜੰਟ ਨੂੰ ਪ੍ਰਮੋਟ ਕਰ ਰਿਹਾ ਹਾਂ ਠੀਕ ਆ ਮੈਂ ਸਿਰਫ ਆਪਦਾ ਇੱਕ ਐਕਸਪੀਰੀਅੰਸ ਦੱਸ ਰਿਹਾ ਹਾਂ ਉਹਦੇ ਬਿਹਾਫ ਤੇ ਤੁਹਾਨੂੰ ਫਾਇਦਾ ਹੋਣਾ ਵਾ ਠੀਕ ਇਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਗੱਲਾਂ ਸ਼ਾਇਦ ਮੈਂ ਦੱਸ ਦੇ ਰਿਹਾ ਉਹ ਤੁਹਾਨੂੰ ਕਿਸੇ ਏਜੰਟ ਨੇ ਨਹੀਂ ਦੱਸਣੀਆਂ ਠੀਕ ਹੈ ਜੀ ਤੋਂ ਅਬ ਬਾਲਾ ਟਾਈਮ ਨਾ ਲੈਂਦੇ ਹੋ ਜੀ ਇਸ ਵੀਡੀਓ ਨੂੰ ਕਰਦੇ ਆ ਸ਼ੁਰੂ ਸੋ लेट्स स्टार्ट ਦਾ ਵੀਡੀਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਭਰਾ ਚੈਨਲ ਤੇ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਦੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਦੋਂ ਖਤਮ ਹੋ ਗਈ ਠੀਕ ਹੈ ਜੀ ਤੇ ਵੀਡੀਓ ਵਿੱਚ ਟੌਪਿਕ ਟੂ ਟੌਪਿਕ ਗੱਲ ਕਰਾਂਗੇ ਠੀਕ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਗੱਲਾਂ ਕਰਾਂਗੇ ਕਿ ਕਿਹੜੇ ਸਟੂਡੈਂਟ ਨੂੰ ਅਪਲਾਈ ਕਰਨਾ ਚਾਹੀਦਾ ਵਾ ਕਿੱਥੇ ਕਰਨਾ ਚਾਹੀਦਾ ਵਾ ਤੇ ਕੀ ਕੀ ਇਹਦੀ ਫੰਡਿੰਗ ਆ ਕੀ ਇਹਦੀ ਫੀਸ ਆ ਠੀਕ ਹੈ ਜੀ ਕਿੰਨੇ ਕੁ ਚਾਂਸ ਹੋਣਗੇ ਉਹ ਆਪਾਂ ਸਭ ਤੋਂ ਐਂਡ ਤੇ ਆ ਕੇ ਗੱਲ ਕਰਾਂਗੇ ਤੇ ਜਿਹੜੇ ਇਸ ਤੋਂ ਇਲਾਵਾ ਜਿਹੜਾ ਵੀ ਇਹ ਤੁਹਾਨੂੰ ਇਹਦਾ ਬੈਨੀਫਿਟ ਹੋਊਗਾ ਕਿ ਨਹੀਂ ਹੋਊਗਾ ਇਹ ਇਹ ਗੱਲ ਕਹਿਣ ਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿ ਯੂਐਸਏ ਦਾ ਤੁਹਾਨੂੰ ਸਟੱਡੀ ਵੀਜ਼ਾ ਮਿਲਦਾ ਹੋਵੇ ਤੇ ਕੋਈ ਕਹੇ ਕਿ ਇਹਦਾ ਫਾਇਦਾ ਨਹੀਂ ਹੈਗਾ ਫਾਇਦਾ ਹੀ ਫਾਇਦਾ ਵਾ ਠੀਕ ਆ ਸੋ ਵੀਡੀਓ ਚ ਆਪਾਂ ਇਹ ਜਿਹੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿੱਥੇ ਅਪਲਾਈ ਕਰਨਾ ਚਾਹੀਦਾ ਵਾ ਯੂਐਸਏ ਦੇ ਵਿੱਚ ਸੋ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਣਾ ਅਗਰ ਤੁਸੀਂ ਯੂਐਸਏ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਜਾਂ ਕਰ ਦਿੱਤਾ ਵਾ ਤਾਂ ਸਭ ਤੋਂ ਪਹਿਲਾਂ ਹੀ ਮੇਨ ਗੱਲ ਧਿਆਨ ਰੱਖਣੀ ਹੈ ਕਿ ਤੁਸੀਂ ਹਮੇਸ਼ ਕਾਲਜ ਦੇ ਵਿੱਚ ਨਹੀਂ ਲੈਣੀ ਠੀਕ ਹੈ ਜੀ ਇਹ ਮੇਰਾ ਆਪ ਦਾ ਪਰਸਨਲ ਐਕਸਪੀਰੀਅੰਸ ਆ ਕਿਉਂਕਿ ਮੇਰੇ ਸਾਹਮਣੇ ਜਿੰਨਾ ਲੋਕਾਂ ਦੇ ਵੀਜ਼ੇ ਲੱਗੇ ਸੀ ਨਾ ਉਹਨਾਂ ਦੇ ਸਾਰਿਆਂ ਦੀਆਂ ਯੂਨੀਵਰਸਿਟੀਆਂ ਸੀ ਜਿਹੜੇ ਕਾਲਜ ਵਾਲੇ ਸੀ ਉਹਨਾਂ ਦਾ ਵੀਜ਼ਾ ਨਹੀਂ ਲੱਗਾ ਬਹੁਤ ਜ਼ਿਆਦਾ ਘੱਟ ਚਾਂਸ ਹੋ ਜਾਂਦੇ ਆ ਕਾਲਜ ਦੇ ਵੀਜ਼ਾ ਲੱਗਣ ਦੇ ਯੂਨੀਵਰਸਿਟੀ ਦਾ ਸਭ ਤੋਂ ਵੱਧ ਜ਼ਿਆਦਾ ਸਕਸੈਸ ਰੇਟ ਆ ਯੂਐਸਏ ਦੇ ਅੰਦਰ ਠੀਕ ਆ ਸੋ ਅਗਰ ਤੁਹਾਡਾ ਏਜੈਂਟ ਕੋਈ ਤੁਹਾਨੂੰ ਕਹਿੰਦਾ ਵਾ ਕਿ ਤੁਸੀਂ ਕਾਲਜ ਦੇ ਵਿੱਚ ਅਪਲਾਈ ਕਰਨਾ ਤਾਂ ਉਹਦੇ ਉਹਦੇ ਨਾਲੋਂ ਚੰਗਾ ਕਿ ਤੁਸੀਂ ਯੂਨੀਵਰਸਿਟੀ 'ਚ ਅਪਲਾਈ ਕਰੋ ਜਾਂ ਤੁਹਾਡਾ ਏਜੈਂਟ ਚੇਂਜ ਕਰ ਦਿਓ ਤੇ ਜਾਂ ਤੁਸੀਂ ਕਿਉਂ ਉਹਦੇ ਨਾਲ ਏਜੰਟ ਨੂੰ ਤਾਂ ਫਾਇਦਾ ਹੋ ਜਾਣਾ ਬਟ ਤੁਹਾਨੂੰ ਫਾਇਦਾ ਨਹੀਂ ਹੋਣਾ ਸ਼ਾਇਦ ਕਿਉਂ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਣਾ ਸੋ ਮੇਰਾ ਪ੍ਰਾਇ ਇੱਕ ਚੀਜ਼ ਜ਼ਰੂਰ ਆਪਦੇ ਮਾਈਂਡ ਚ ਵਾਰ ਲਿਓ ਕਿ ਤੁਹਾਨੂੰ ਸਟੱਡੀ ਵੀਜ਼ਾ ਜਿਹੜਾ ਯੂਐਸਏ ਦਾ ਮਿਲਣਾ ਵਿਦਆਊਟ ਆਈ ਰਿਸੀਵ ਮਿਲਣਾ ਨਾ ਉਹ ਤੁਹਾਨੂੰ ਯੂਨੀਵਰਸਿਟੀ ਦਾ ਮਿਲਣਾ ਵਾ ਨਾ ਕਿ ਕਾਲਜ ਦਾ ਮਿਲਣਾ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਸਿਟੀ ਬਹੁਤ ਜ਼ਿਆਦਾ ਮੈਟਰ ਕਰਦੀ ਆ ਲਾਸ ਐਂਜਲਸ ਠੀਕ ਹੈ ਜੀ ਨਿਊਯਾਰਕ ਤੇ ਲਾਸ ਵੈਗਾਸ ਕੈਲੀਫੋਰਨੀਆ ਠੀਕ ਹੈ ਜੀ ਤੇ ਹੋਰ ਬਥੇਰੀਆਂ ਸਟੇਟਸ ਹੈਗੇ ਆ ਯੂਐਸਏ ਦੇ ਵਿੱਚ ਬਟ ਜਿਹੜਾ ਮੈਂ ਅਪਲਾਈ ਕੀਤਾ ਸੀ ਮੈਂ ਕੀਤਾ ਸੀ ਵਿਚੇਤਾ ਵਿੱਚ ਵਿਚੇਤਾ ਸਿਟੀ ਆ ਇੱਕ ਠੀਕ ਆ ਕੈਂਸਸ ਸਟੇਟ ਆ ਵਿਚੇਤਾ ਸਟੇਟ ਯੂਨੀਵਰਸਿਟੀ ਮੇਰੀ ਯੂਨੀਵਰਸਿਟੀ ਸੀ ਠੀਕ ਆ ਜੀ ਸੋ ਕਈ ਲੱਗਣ ਲੱਗਦਾ ਨਾ ਹੋਵੇ ਕਿ ਇਹ ਬਝੂਠ ਜੇ ਮਾਰੀ ਜਾਂਦਾ ਸੋ ਤੁਸੀਂ ਗੂਗਲ ਵੀ ਕਰ ਸਕਦੇ ਆ ਵਿਚੇਤਾ ਸਟੇਟ ਯੂਨੀਵਰਸਿਟੀ ਮੇਰੀ ਯੂਨੀਵਰਸਿਟੀ ਸੀ ਵਿਚੇਤਾ ਇੱਕ ਸਿਟੀ ਆ ਕੈਂਸਸ ਦੀ ਕੈਪੀਟਲ ਆ ਠੀਕ ਆ ਜੀ ਤੇ ਉੱਥੇ ਮੈਂ ਅਪਲਾਈ ਕੀਤਾ ਸੀ ਤੇ ਮੇਰੀ ਯੂਨੀਵਰਸਿਟੀ ਸੀ ਇਹ ਨਹੀਂ ਗੱਲ ਹੈਗੀ ਕਿ ਮੇਰਾ ਯੂਨੀਵਰਸਿਟੀ ਸੀ ਤੇ ਮੇਰਾ ਵੀਜ਼ਾ ਨਹੀਂ ਲੱਗਾ ਸੋ ਬਟ ਗੱਲ ਇਹ ਆ ਕਿ ਮੈਂ ਜਿਹੜੇ ਆਪਦੇ ਅੱਖੀਂ ਵੇਖੀ ਸੀ ਜਿਹੜਾ ਅੰਦਰ ਜਾ ਕੇ ਐਕਸਪੀਰੀਅੰਸ ਕੀਤਾ ਸੀ ਉਹਦੇ ਵਿੱਚ ਇਹੀ ਸੀ ਕਿ ਤੁਹਾਡਾ ਯੂਨੀਵਰਸਿਟੀ ਦਾ ਵੀਜ਼ਾ ਲੱਗਦਾ ਠੀਕ ਹੈ ਜੀ ਸੋ ਹਾਂਜੀ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਕਿ ਆਇਲਸ ਵਾਲਿਆਂ ਨੂੰ ਤੇ ਵਿਦਾਊਟ ਆਇਲਸ ਦਾ ਵਿਦਾਊਟ ਆਇਲਸ ਦਾ ਬੜਾ ਚੱਕਰ ਜਿਹਾ ਚੱਲ ਰਿਹਾ ਏ ਹੁਣ ਤੋਂ ਨਹੀਂ ਇਹ ਪਹਿਲੇ ਦਿਨ ਤੋਂ ਹੀ ਆ ਠੀਕ ਹੈ ਜੀ ਅਗਰ ਤੁਹਾਡੇ ਕੋਲ ਆਇਲ ਸਕੋਰ ਹੈਗੇ ਆ ਉਹ ਤੁਹਾਡੀ ਯੂਨੀਵਰਸਿਟੀ ਤੁਹਾਨੂੰ ਅਕਸੈਪਟ ਕਰ ਲੈਂਦੀ ਆ ਅਗਰ ਨਹੀਂ ਹੈਗੀ ਤੁਸੀਂ GRE GTE ਦੇ ਐਗਜ਼ਾਮ ਕਲੀਅਰ ਕੀਤੇ ਹੋਣੇ ਚਾਹੀਦੇ ਅਗਰ ਤੁਸੀਂ ਫਿਰ ਵੀ ਨਹੀਂ ਕੀਤਾ ਤਾਂ MY ਬਣਦੀ ਹੈ ਇੱਕ ਠੀਕ ਹੈ ਜੀ MY ਹੁੰਦਾ ਹੋਵੇ ਕਿ ਤੁਸੀਂ ਉਹਨੂੰ ਅਪਰ ਤੁਹਾਡੇ ਕਾਲਜ ਤੁਹਾਡੇ ਜਿਹੜੀ ਤੁਹਾਡੀ ਪ੍ਰੀਵਿਅਸ ਸਟੱਡੀ ਕੀਤੀ ਆ ਉਹਦੇ ਕਾਲਜ ਦੀ ਜਾਂ ਸਕੂਲ ਦੀ ਉਹ ਤੁਹਾਨੂੰ ਜੇਕਰ ਤੁਸੀਂ ਪੰਜਾਬ ਬੋਰਡ ਚ ਕੀਤੀ ਆ ਤਾਂ ਤੁਹਾਨੂੰ ਉਹ ਬਣਾਉਣਾ ਪਊਗਾ ਅਗਰ ਤੁਸੀਂ CBSE ਜਾਂ ICSE ਬੋਰਡ ਤੋਂ ਕੀਤੀ ਆ ਤਾਂ ਫਿਰ ਮੇਰੇ ਹਿਸਾਬ ਨਾਲ ਨਹੀਂ ਲੋੜੇ ਹੈਗੀ ਇਹਦੀ ਠੀਕ ਹੈ ਜੀ ਤੇ ਅਪਲਾਈ ਵਿਦਆਊਟ ਆਇਲਸ ਵਿਦਆਊਟ ਆਇਲਸ ਨਾਲ ਬੜਾ ਜਿਆਦਾ ਰੌਲਾ ਚੱਲ ਰਿਹਾ ਵਿਦਆਊਟ ਆਇਲਸ ਬੰਦੇ ਉਹੀ ਅਪਲਾਈ ਕਰੋ ਜਿਨ੍ਹਾਂ ਦਾ ਇੰਗਲਿਸ਼ ਹੱਥ ਵਧੀਆ ਵਾ ਠੀਕ ਹੈ ਜਿਹੜੇ ਬੰਦੇ ਮਾੜੀ ਮੋਟੀ ਇੰਗਲਿਸ਼ ਬੋਲ ਲੈਂਦੇ ਆ ਉਹੋ ਬੰਦੇ ਕਦੇ ਵੀ ਆਪਦਾ ਟਾਈਮ ਤੇ ਪੈਸਾ ਵੇਸਟ ਕਰਨ ਦੀ ਕੋਸ਼ਿਸ਼ ਨਾ ਕਰਿਓ ਠੀਕ ਹੈ ਇਹ ਰਿਕਵੈਸਟ ਹੀ ਆ ਮੇਰੀ ਕਿਉਂ ਕਿਉਂਕਿ ਏਜੰਟਾਂ ਨੇ ਸਿਰਫ ਆਪਣੀ ਸਟਾਰਟਿੰਗ ਦੇ ਵਿੱਚ 20-25000 ਰੁਪਇਆ ਲੈ ਲੈਣਾ ਵਾ ਆਪਣੇ 20000-25000 ਰੁਪਇਆ ਲੈ ਕੇ ਆਪਦਾ ਸਾਈਡ ਤੇ ਹੋ ਜਾਣਾ ਵਾ ਭਰ ਨੁਕਸਾਨ ਤੁਹਾਡਾ ਹੋ ਜਾਣਾ ਵਾ ਪੈਸਿਆਂ ਦਾ ਘੱਟੋ-ਘੱਟ ਦਾ 50-60 ਹਜ਼ਾਰ ਰੁਪਏ ਦਾ ਨੁਕਸਾਨ ਤਾਂ ਆਰਾ ਬਣਾਈ ਹੈ ਨਾ ਉੱਕਾ-ਪੁੱਕਾ ਤੇ ਲੱਖਾਂ ਦੇ ਹਿਸਾਬ ਨਾਲ ਵੀ ਹੋ ਸਕਦਾ ਵਾ ਕਿਉਂ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਤੇ ਮੇਰੇ ਕਹਿਣ ਦਾ ਮਕਸਦ ਆ ਕਿ ਤੁਸੀਂ ਵਿਟਾਊਟ ਆਇਲਸ ਅਗਰ ਤੁਹਾਡੀ ਇੰਗਲਿਸ਼ ਸਹੀ ਨਹੀਂ ਹੈਗੀ ਤਾਂ ਤੁਸੀਂ ਕਦੇ ਵੀ ਅਪਲਾਈ ਨਾ ਕਰੋ ਤੁਸੀਂ ਸਿਰਫ ਉਹ ਬੰਦੇ ਅਪਲਾਈ ਕਰੋ ਜਿਨ੍ਹਾਂ ਦਾ ਲੱਗਦਾ ਤੁਹਾਨੂੰ ਕਿ ਤੁਸੀਂ ਆਇਲਸ ਕਰ ਸਕਦੇ ਸੀ ਠੀਕ ਆ ਪੀਟੀ ਕਰ ਸਕਦੇ ਸੀ ਤੁਹਾਡੇ ਸਕੋਰ ਵਧੀਆ ਨਹੀਂ ਆਏ ਕਿਸੇ ਕਾਰਨ ਕਰਕੇ ਨਹੀਂ ਆਏ ਤੁਸੀਂ ਉੱਥੇ ਨਰਵਸ ਹੋ ਗਏ ਜਾਂ ਕੁਝ ਵੀ ਆ ਉਹ ਬੰਦੇ ਅਪਲਾਈ ਕਰਿਓ ਜਿਹੜੇ ਬੰਦਿਆਂ ਨੂੰ ਲੱਗਦਾ ਕਿ ਤੁਹਾਡੀ ਇੰਗਲਿਸ਼ ਮਾੜੀ-ਮੋਟੀ ਨਹੀਂ ਹੈਗੀ ਏਜੰਟ ਕਹਿੰਦਾ ਕਿ ਕੋਈ ਨਾ ਹੋ ਜਾਂਦਾ ਵਾ ਅੱਜਕੱਲ ਵਿਜ਼ਾ ਦਾ ਸਕਸੈਸ ਰੇਟ ਹੈਗਾ ਸੋ ਹਾਂਜੀ ਆਪਾਂ ਥੋੜੀ-ਬਹੁਤ ਹੜ ਗੱਲ ਕਰ ਲੈਨੇ ਆ ਡਾਕੂਮੈਂਟੇਸ਼ਨ ਦੀ ਠੀਕ ਆ ਵੈਸੇ ਤਾਂ ਤੁਹਾਨੂੰ ਤੁਹਾਡੇ ਏਜੰਟ ਨੇ ਹੀ ਦੱਸ ਦੇਣਾ ਵਾ ਜਿਹੜਾ ਡਾਕੂਮੈਂਟੇਸ਼ਨ ਹੈਗੀ ਆ ਉਹਦੇ ਵਿੱਚ ਜਿਹੜੀ ਤੁਹਾਡੀ ਆਫਰ ਲੈਟਰ ਆ ਕੰਡੀਸ਼ਨਲ ਆਫਰ ਲੈਟਰ ਤੁਹਾਨੂੰ ਤੁਹਾਡੀ ਯੂਨੀਵਰਸਿਟੀ ਨਾਲ ਦੀ ਨਾਲ ਹੀ ਦੇ ਦਿੰਦੀ ਆ ਐਡਾ ਕੋਈ ਇਸ਼ੂ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੀ ਤੁਹਾਡੀ ਆਫਰ ਲੈਟਰ ਜਿਹੜੀ オリジナル ਆਫਰ ਲੈਟਰ ਆ ਉਹ ਤੁਹਾਡੇ ਫੰਡਿੰਗ ਪਟ ਇਹ ਕਾਲਜਾਂ ਦੀ ਵੀ ਹੋ ਸਕਦੀ ਹੈ 16 ਲੱਖ ਤੋਂ ਲੈ ਕੇ ਬਟ ਜਿਹੜੀਆਂ ਮੇਨ ਯੂਨੀਵਰਸਿਟੀਆਂ ਆ ਉਹ 20 ਲੱਖ ਤੋਂ ਪਲੱਸ ਦੀ ਫੰਡਿੰਗ ਮੰਗਦੀ ਸੋ ਜਦੋਂ ਮੈਂ ਖੁਦ ਸ਼ੋ ਕੀਤੇ ਸੀ ਤਾਂ ਮੇਰੇ 20 ਤੋਂ ਲੈ ਕੇ 25 ਲੱਖ ਰੁਪਈਆ ਤੱਕ ਫੰਡ ਚ ਸ਼ੋ ਕਰਨੇ ਪਏ ਸੀ ਉਸ ਤੋਂ ਇਲਾਵਾ ਕਿਸੇ ਵੀ ਇਹੋ ਜਿਹੇ ਬੰਦੇ ਕੋਲ ਇਦਾਂ ਨਹੀਂ ਹੁੰਦਾ ਕਿ ਉਹਦੇ ਕੋਲ 20 ਤੋਂ ਲੈ ਕੇ 25 ਲੱਖ ਰੁਪਈਆ ਹੋਵੇ ਠੀਕ ਆ ਉਹ ਵੀ ਬੰਦੇ ਨੇ ਵਿਆਜ ਤੇ ਚੱਕਲੇ ਹੁੰਦੇ ਆ ਸੋ ਇਸੇ ਕਰਕੇ ਮੈਂ ਕਿਹਾ ਸੀ ਕਿ ਜਿਹੜੇ ਬੰਦਿਆਂ ਦੀ ਇੰਗਲਿਸ਼ ਤੁਹਾਨੂੰ ਲੱਗਦਾ ਕਿ ਤੁਸੀਂ ਕਲੀਅਰ ਨਹੀਂ ਕਰ ਸਕਦੇ ਇੰਟਰਵਿਊ ਕਦੇ ਨਾ ਅਪਲਾਈ ਕਰਿਓ ਉਹਦਾ ਟਾਈਮ ਵੇਸਟ ਨਾ ਕਰਿਓ ਠੀਕ ਹੈ ਕਿਉਂਕਿ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਬੈਠਾ ਵਾਂ ਮੈਂ ਮੈਂ ਹੀ ਨਹੀਂ ਕਹਿੰਦਾ ਮੇਰੀ ਇੰਗਲਿਸ਼ ਵਿੱਚ ਇੰਗਲਿਸ਼ ਕਮੀ ਸੀ ਮੈਂ ਦੱਸੂਗਾ ਸ਼ਾਇਦ ਹੋ ਸਕਦਾ ਆਨਲਾਈਨ ਟਾਈਮ 'ਚ ਆਪਾਂ ਵੀਡੀਓ ਬਣਾਈਏ ਕੀ ਰੀਜ਼ਨ ਹੋ ਸਕਦੇ ਸੀ ਕੀ ਰੀਜ਼ਨ ਸੀ ਮੇਰੇ ਫਾਈਲ ਜੈਕਟ ਹੋਣ ਦੇ ਠੀਕ ਹੈ ਜੀ ਉਹ ਆਪਾਂ ਅੱਗੇ ਕਿਤੇ ਲਾ ਕੇ ਕਿਤੇ ਵੀਡੀਓ ਬਣਾਉਣ ਦਾ ਮੌਕਾ ਮਿਲੂਗਾ ਤਾਂ ਆਪਾਂ ਕਰਾਂਗੇ ਜਿਹੜੇ ਮੇਰੇ ਭਰਾ ਚੈਨਲ ਤੇ ਹੁਣ ਵੀ ਜਿਹੜੇ ਮੇਰੇ ਭਰਾ ਵੀਡੀਓ ਵੇਖ ਰਹੇ ਆ ਜਿਹੜੇ ਮੇਰੇ ਭਰਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਕਿਉਂਕਿ ਆਨਲਾਈਨ ਟਾਈਮ 'ਚ ਆਪਾਂ ਹੋਰ ਵੀਡੀਓ ਪਾਉਣੀਆਂ ਯੂਐਸਏ ਰਿਲੇਟਡ ਠੀਕ ਹੈ ਜੀ ਸੋ ਮੇਰੇ ਭਰਾ ਇਹਦੇ ਵਿੱਚ ਇੱਕ ਇਹ ਹੋ ਜਾਂਦਾ ਕਿ ਤੁਹਾਡੇ ਫੰਡ ਹੋ ਗਏ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਇੱਕ I20 ਫਾਰਮ ਹੁੰਦਾ I20 ਫਾਰਮ ਹੀ ਜ਼ਿਆਦਾਤਰ ਵੀਜ਼ਾ ਆਫੀਸਰ ਜਿਹੜਾ ਉਹ ਤੁਹਾਡੇ ਤੋਂ ਮੰਗਦਾ ਵਾ ਜਦੋਂ ਤੁਸੀਂ ਅੰਬੈਸੀ ਚ ਜਾਣੇ ਆ ਠੀਕ ਹੈ ਤੁਹਾਡਾ ਕੋਈ ਫੰਡਿੰਗ ਵਾਲਾ ਕਹਿ ਲਓ ਤੁਹਾਡਾ ਬੈਲੈਂਸ ਸਰਟੀਫਿਕੇਟ ਕਹਿ ਲਓ ਤੁਹਾਡੀ ਪ੍ਰੀਵੀਅਸ ਸਟੱਡੀ ਦਾ ਸਰਟੀਫਿਕੇਟ ਕੁਝ ਵੀ ਨਹੀਂ ਮੰਗਦਾ ਜਲਦੀ ਕਿਉਂਕਿ ਵੀਜ਼ਾ ਆਫੀਸਰ ਨੂੰ ਜਦੋਂ ਤੁਹਾਡਾ I20 ਮੰਗਣੀ ਹੈ ਨਾ I20 ਜਦੋਂ ਉਹਨਾਂ ਨੇ ਵਿੱਚ ਇੰਟਰਨੈਟ ਤੇ ਮਾਰਨੀ ਹੈ ਤਾਂ ਤੁਹਾਡਾ ਸਾਰਾ ਡਾਟਾ A ਤੋਂ Z ਜਿੱਥੇ ਉਹਨਾਂ ਨੂੰ ਡਾਊਟ ਹੋਗਾ ਉਹ ਡਾਕੂਮੈਂਟ ਮੰਗਣਗੇ ਇਸ ਤੋਂ ਇਲਾਵਾ ਉਹ ਡਾਕੂਮੈਂਟ ਕੋਈ ਨਹੀਂ ਮੰਗਣਗੇ ਠੀਕ ਹੈ ਜੀ I20 ਤੁਹਾਡਾ ਮੇਨ ਆ ਉਹਦੇ ਵਿੱਚ ਤੁਸੀਂ ਜਦੋਂ ਵੀ ਭਰਨਾ ਕਰੈਕਟ ਇਨਫੋਰਮੇਸ਼ਨ ਭਰਨੀ ਆ ਗਲਤ ਇਨਫੋਰਮੇਸ਼ਨ ਜਮਾ ਨਹੀਂ ਭਰਨੀ ਕਿਉਂਕਿ ਉਹ I20 ਫਾਰਮ ਤੁਹਾਡਾ ਆਉਣ ਵਾਲੇ ਫਿਊਚਰ 'ਚ ਵੀ ਕੰਮ ਆਉਣਾ ਵਾ ਇਨ ਕੇਸ ਤੁਸੀਂ ਹੋਰ ਕੰਟਰੀ ਜਾਂਦੇ ਉੱਥੋਂ ਯੂਐਸਏ ਦਾ ਅਪਲਾਈ ਕਰਦੇ ਆ ਠੀਕ ਹੈ ਜੀ I20 ਫਾਰਮ ਹੋ ਗਿਆ ਐਕੀਐਸ 160 ਫਾਰਮ ਹੁੰਦਾ ਵਾ ਡੀਐਸ 160 ਫਾਰਮ ਵੈਲਿਡ ਹੁੰਦਾ 1 ਇਅਰ ਲਈ ਠੀਕ ਹੈ ਇਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਦੁਬਾਰਾ ਫਾਰਮ ਭਰਨੀ ਲੋਡ ਨਹੀਂ ਪੈਂਦੀ ਸਿਰਫ ਤੁਹਾਡੀ ਜਦੋਂ ਮੈਂ ਅਪਲਾਈ ਕੀਤਾ ਸੀ ਉਦੋਂ ਮੇਰੀ ਦੋ ਮੇਰੇ ਹਿਸਾਬ ਨਾਲ 10000 ਕੇ 11000 ਅੰਬੈਸੀ ਫੀਸ ਸੀ ਹੁਣ ਮੈਨੂੰ ਪਤਾ ਨਹੀਂ ਕਿੰਨੀ ਆ ਵੈਸੇ ਉਦੋਂ 9 ਤੋਂ ਲੈ ਕੇ 10000 ਦੇ ਵਿੱਚ ਵਿੱਚ ਸੀ ਇਹ ਸ਼ੋਰ ਆ ਤੇ ਉਹਦੇ ਵਿੱਚ ਇਹ ਡੀਐਸ160 ਫਾਰਮ ਹੈ ਅਗਰ ਮਨ ਲਾ ਫੋਰ ਐਗਜ਼ਾਮਪਲ ਤੁਹਾਡੀ ਫਸਟ ਟਾਈਮ ਇੰਟਰਵਿਊ ਤੁਹਾਡੀ ਰਿਜੈਕਟ ਹੋ ਜਾਂਦੀ ਹੈ ਤਾਂ ਤੁਸੀਂ ਭਾਵੇਂ 10 ਵਾਰ ਇੰਟਰਵਿਊ ਦੇ ਦਿਓ ਤੁਸੀਂ ਪੈਸੇ ਭਰਨੇ 10000 ਰੁਪਿਆ ਕਿਉਂਕਿ ਡੀਐਸ160 ਦੇ ਤੁਸੀਂ ਪੈਸੇ ਭਰੇ ਹੁੰਦੇ ਆ ਇਸ ਤੋਂ ਲੋ ਬਾ ਤੁਹਾਡੇ ਸਾਰੇ ਡਾਕੂਮੈਂਟੇਸ਼ਨ ਰੈਡੀ ਹੁੰਦੇ ਆ ਤੁਸੀਂ ਜਿੰਨੀ ਵਾਰੀ ਮਰਜ਼ੀ ਅਪਲਾਈ ਕਰ ਸਕਦੇ ਆ ਮੈਂ ਤਿੰਨ ਵਾਰ ਅਪਲਾਈ ਕੀਤਾ ਸੀ ਜਿਨ੍ਹਾਂ ਚੋਂ ਮੈਂ ਦੋ ਵਾਰੀ ਬੰਬੇ ਗਿਆ ਸੀ ਤੇ ਇੱਕ ਵਾਰ ਦਿੱਲੀ ਗਿਆ ਸੀ ਉਹਦਾ ਐਕਸਪੀਰੀਅੰਸ ਵੀ ਮੈਂ ਜ਼ਰੂਰ ਸ਼ੇਅਰ ਕਰੂੰਗਾ ਆਨਲਾਈਨ ਟਾਈਮ 'ਚ ਠੀਕ ਹੈ ਤੇ ਉਹਦੇ ਵਿੱਚ ਇਹ ਚੀਜ਼ ਹੋ ਜਾਂਦੀ ਆ ਕਿ ਜਦੋਂ ਜ ਦਾਤਾ ਤੁਸੀਂ ਉਹਦੇ ਵਿੱਚ ਜਿੰਨੀਆਂ ਮਰਜ਼ੀ ਟਰਾਈਆਂ ਮਾਰ ਸਕਦੇ ਆ ਸੋ ਆਪਾਂ ਉਮੀਦ ਕਰਦੇ ਆ ਕਿ ਤੁਹਾਡਾ ਪਹਿਲੀ ਵਾਰ ਜੀ ਵੀਜ਼ਾ ਲੱਗ ਜੇ ਤੁਹਾਡੇ ਸੁਪਨੇ ਪੂਰੇ ਹੋ ਜਾਣ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਫੰਡਿੰਗ ਮੈਂ ਦੱਸਤੀ ਆ I20 ਵੀ ਦੱਸਤੀ ਆ DS160 ਵੀ ਦੱਸਤਾ ਵਾ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਹੋਰ ਡਾਕੂਮੈਂਟੇਸ਼ਨ ਆ ਉਹ ਤੁਹਾਡੇ ਏਜੰਟ ਨੇ ਤੁਹਾਨੂੰ ਦੱਸ ਹੀ ਦਿੰਦੇ ਆ ਕਿਉਂਕਿ ਗੱਲ ਨੂੰ ਵੀ ਕਾਫੀ ਟਾਈਮ ਹੋ ਗਿਆ ਤਿੰਨ ਤੋਂ ਤਿੰਨ ਸਾਲ ਤੋਂ ਵੱਧ ਹੋ ਗਿਆ ਵਾ ਕਿਉਂਕਿ ਮੈਂ ਜਿਹੜੇ-ਜਿਹੜੇ ਡਾਕੂਮੈਂਟੇਸ਼ਨ ਮੈਨੂੰ ਜਿਆਦਾ ਹੁਣ ਤੱਕ ਕਿਉਂਕਿ ਮੇਰੇ ਮੋਬਾਈਲ ਦੇ ਵਿੱਚ ਹਜੇ ਤੱਕ ਮੇਰੇ ਯੂਐਸਏ ਦੀ ਇੰਟਰਵ ਮੈਂ ਥੋੜੇ ਪਹਿਲਾਂ ਹੀ ਵੇਖ ਰਿਹਾ ਸੀ ਤੇ ਮੈਂ ਵੇਖ ਰਿਹਾ ਸੀ ਕਿ ਮੈਂ ਆਹ ਚੀਜ਼ਾਂ ਵੀ ਯਾਦ ਕਰਦਾ ਰਿਹਾ ਸੋ ਜੇਕਰ ਮੇਰੇ ਭਰਾਣੇ ਕਿਸੇ ਨੇ ਵੀ ਕੁਐਸਚਨ ਲੈਣੇ ਹੋਣਗੇ ਤਾਂ ਮੈਨੂੰ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰਦੇ ਹੋ ਮੈਂ ਤੁਹਾਨੂੰ ਸਾਰੇ ਕੁਐਸਚਨ ਸੈਂਡ ਕਰ ਦੂੰਗਾ ਉਹਦੇ ਉੱਤੇ ਤੁਹਾਨੂੰ ਸਾਰੇ ਤੁਹਾਡੇ ਜਵਾਬ ਮਿਲ ਜਾਣਗੇ ਹੋ ਸਕਦਾ ਵਾ ਉਹਦੇ ਨਾਲ ਤੁਹਾਡੀ ਹੈਲਪ ਹੋ ਜੇ ਤੁਹਾਡਾ ਵੀਜ਼ਾ ਕਲੀਅਰ ਹੋ ਜੇ ਠੀਕ ਹੈ ਜੀ ਸੋ ਹਾਂਜੀ ਆਪਾਂ ਹੁਣ ਗੱਲ ਕਰਦੇ ਆਂਗਾ ਇੰਟਰਵਿਊ ਦੀ ਇੰਟਰਵਿਊ ਤੁਹਾਡੀ ਕਿਦਾਂ ਹੁੰਦੀ ਆ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਕੋਲ 2 ਦਿਨ ਹੁੰਦੇ ਆ ਪਹਿਲੇ ਦਿਨ ਤੁਹਾਡੀ ਅਪਾਇੰਟਮੈਂਟ ਦੇ ਵਿੱਚ ਹੁੰਦੇ ਆ ਕਿ ਤੁਹਾਡੇ ਫਿੰਗਰ ਹੋਣੇ ਆ ਫਿੰਗਰਾਂ ਤੋਂ ਬਾਅਦ ਤੁਹਾਨੂੰ ਅਗਲੇ ਦਿਨ ਤੁਹਾਡੀ ਇੰਟਰਵਿਊ ਹੋਊਗੀ ਇੰਟਰਵਿਊ ਦੇ ਵਿੱਚ ਵੀ ਤੁਹਾਡੇ ਤੁਹਾਡੀ ਉਹ ਲਾਈਨ ਲੱਗੀ ਹੋਣੀ ਆ ਤੁਹਾਡਾ ਟਾਈਮਿੰਗ ਹੋਣੀ ਆ ਤੇ ਕਾਊਂਟਰ ਬਣੇ ਹੁੰਦੇ ਆ ਤੁਸੀਂ ਜਿਤਾ ਕਹਿ ਸਕਦੇ ਆ ਕਾਊਂਟਰ ਕਿਦਾਂ ਦੇ ਬਣੇ ਹੁੰਦੇ ਆ ਕਾਊਂਟਰ ਬੰਦੇ ਬਣੇ ਹੁੰਦੇ ਆ ਜਿੱਦਾਂ ਤੁਸੀਂ ਕਿਸੇ ਬੈਂਕ ਦੇ ਵਿੱਚ ਕਾਊਂਟਰ ਬਣਿਆ ਹੁੰਦਾ ਨਾ ਫੋਰ ਐਗਜ਼ਾਮਪਲ ਇੱਕ ਬੈਂਕ ਦੇ ਵਿੱਚ ਕਾਊਂਟਰ ਬਣਿਆ ਹੁੰਦਾ ਉਹਦੇ ਵਿੱਚ ਇੱਕ ਸਕਰੀਨ ਲੱਗੀ ਹੁੰਦੀ ਆ ਠੀਕ ਆਈ ਕੱਚ ਲੱਗਾ ਹੁੰਦਾ ਵਾ ਤੇ ਉਹਦੇ ਦੂਸਰੀ ਸਾਈਡ 'ਤੇ ਵੀਜ਼ਾ ਆਫੀਸਰ ਬੈਠਾ ਹੁੰਦਾ ਲਾਈਨਾਂ ਲੱਗੀਆਂ ਹੁੰਦੀਆਂ ਤੁਸੀਂ ਤੁਹਾਡੀ ਟਰਨ ਕਿਸੇ ਵੀ ਬੰਦੇ ਕੋਲ ਜਾ ਸਕਦੀ ਆ ਇਹ ਨਹੀਂ ਗੱਲ ਹੈ ਕਿ ਤੁਹਾਡੀ ਕਿਸੇ ਕੋਲ ਕਿਸੇ ਇੱਕ ਬੰਦੇ ਕੋਲ ਹੀ ਜਾਣੀ ਆ ਉਸ ਤੋਂ ਇਲਾਵਾ ਉਹ ਬੰਦੇ ਦੇ ਜਿਹੜੇ ਸਵਾਲ ਹੁੰਨੇ ਆ ਉਹ ਔਨ ਦੀ سپورਟ ਹੀ ਪਤਾ ਲੱਗਣੀ ਕਿ ਉਹਨੇ ਕਿੱਦਾਂ ਦਾ ਸਵਾਲ ਪੁੱਛ ਲੈਣਾ ਤੇ ਕਿਹੜਾ ਡਾਕੂਮੈਂਟ ਮੰਗ ਲੈਣਾ ਠੀਕ ਆ ਡਰੋ ਨਾ ਤੁਹਾਡੇ ਡਾਕੂਮੈਂਟ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਮੰਗਣੇ ਆਉਣੇ ਇਸ ਤੋਂ ਇਲਾਵਾ ਤੁਹਾਡੇ ਕੋਲ ਇਹੋ ਜਿਹਾ ਕੋਈ ਡਾਕੂਮੈਂਟ ਨਹੀਂ ਮੰਗਣਾ ਹਾਂ ਜੇ ਤੁਹਾਡਾ ਕੋਈ ਡਾਕੂਮੈਂਟ ਰਹਿ ਵੀ ਜਾਊਗਾ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਤੁਹਾਨੂੰ ਉਹ ਵੀਜ਼ਾ ਦੇਣ ਦੇ ਲਈ ਤਿਆਰ ਹੋਊਗਾ ਤਾਂ ਤੁਸੀਂ ਉਹ ਡਾਕੂਮੈਂਟ ਬਾਅਦ ਚ ਵੀ ਸਬਮਿਟ ਕਰਾ ਸਕਦੇ ਆ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਆ ਉਸ ਤੋਂ ਬਾਅਦ ਨੈਕਸਟ ਜੇ ਤੁਹਾਡੇ ਫਿੰਗਰ ਹੋ ਜਾਂਦੇ ਆ ਫਿੰਗਰ ਤੇ ਔਨ ਦੀ سپورਟ ਜਿਹੜਾ ਯੂ ਐਸ ਏ ਆ ਉਹ ਔਨ ਦੀ سپورਟ ਹੀ ਤੁਹਾਨੂੰ ਰਿਜ਼ਲਟ ਦੇ ਦਿੰਦਾ ਹੋਰਾਂ ਕੰਟਰੀਆਂ ਦੀ ਤੁਸੀਂ ਅਗਰ ਫਾਈਲ ਅਪਲਾਈ ਕਰਦੇ ਆ ਫੋਰ ਐਗਜ਼ਾਮਪਲ ਤੁਸੀਂ ਕੈਨੇਡਾ ਦੀ ਅਪਲਾਈ ਕਰਦੇ ਆ ਤਾਂ 15 ਤੋਂ ਲੈ ਕੇ 20 30 40 50 45 ਦਿਨ ਜਿੰਨੇ ਵੀ ਦਿਨ ਅੱਜ ਕੱਲ ਚੱਲ ਰਹੇ ਨੇ ਕੁਝ ਵੀ ਆ ਉਹਨੇ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਦਾ ਪਰ ਜਿਹੜਾ ਯੂ ਐਸ ਏ ਆ ਉਹ ਆਉਣ ਦੀ سپورਟ ਤੁਹਾਨੂੰ ਜੇਕਰ ਉਹਨਾਂ ਨੇ ਤੁਹਾਡਾ ਪਾਸਪੋਰਟ ਰੱਖ ਲਿਆ ਤਾਂ ਉਹਨਾਂ ਨੇ ਤੁਹਾਡਾ ਵੀਜ਼ਾ ਲੱਗ ਜਾਣਾ ਵਾ ਤੁਹਾਡਾ ਵੀਜ਼ਾ ਲੱਗ ਕੇ ਤੁਹਾਡੇ ਕੋਲ ਆਉਣਾ ਵਾ ਠੀਕ ਆ ਉਹਨਾਂ ਨੇ ਤਾਂ ਅਗਰ ਤੁਹਾਡਾ ਪਾਸਪੋਰਟ ਨਹੀਂ ਰੱਖਿਆ ਤਾਂ ਸਮਝ ਲਓ ਤੁਹਾਨੂੰ ਉਹਨਾਂ ਨੇ ਦੋ ਤਰ੍ਹਾਂ ਦੇ ਪੇਪਰ ਦੇਣੇ ਆ ਇੱਕ ਪਿੰਕ ਤਰ੍ਹਾਂ ਦਾ ਤੇ ਇੱਕ yellow ਤਰ੍ਹਾਂ ਦਾ ਠੀਕ ਆ ਜੀ ਹੁਣ ਮੈਨੂੰ ਤੁਹਾਨੂੰ ਸਹੀ ਦੱਸਾਂ ਮੈਨੂੰ ਭੁੱਲ ਗਿਆ ਵਾ ਕਿ ਮੈਨੂੰ yellow ਮਿਲਿਆ ਸੀ ਕਿ pink ਮਿਲਿਆ ਸੀ ਕਿ ਅਕਰ ਤੁਹਾਨੂੰ yellow ਜਾਂ pink ਇਹ ਦੋਨਾਂ ਵਿੱਚੋਂ ਇੱਕ ਵੀਜ਼ਾ ਰਿਜੈਕਟ ਦਾ ਹੁੰਦਾ ਇੱਕ ਵੀਜ਼ਾ ਦਾ ਹੁੰਦਾ ਇੱਕ white ਹੁੰਦਾ ਤਿੰਨ ਪੇਪਰ ਹੁੰਦੇ ਆ ਸ਼ਾਇਦ ਠੀਕ ਆ ਜੀ ਇੱਕ ਡਾਕੂਮੈਂਟ ਮਿਸਿੰਗ ਦਾ ਹੁੰਦਾ ਇਹਨਾਂ ਤਿੰਨਾਂ ਦੇ ਵਿੱਚੋਂ ਠੀਕ ਆ ਜੀ ਤੇ ਉਹ ਉਹ ਤੁਹਾਨੂੰ ਦੇ ਦੇਣਾ ਵਾ ਉਹਦੇ ਤੋਂ ਤੁਹਾਨੂੰ ਪਹਿਲੀ ਗੱਲ ਤੁਹਾਡਾ ਪਾਸਪੋਰਟ ਦਾ ਵੀ ਪਤਾ ਲੱਗਣਾ ਕਿ ਉਹਨਾਂ ਨੂੰ ਤੁਹਾਡਾ ਪਾਸਪੋਰਟ ਨਹੀਂ ਫੜਿਆ ਤਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਸੋ ਉਮੀਦ ਕਰਦਾ ਕਿ ਤੁਹਾਡੇ ਪਾਸਪੋਰਟ ਫੜਨ ਤੁਹਾਡੇ ਵੀਜ਼ਾ ਅਫੀਸਰ ਤੇ ਤੁਹਾਡਾ ਵੀਜ਼ਾ ਲੱਗੇ ਫਿਰ ਤੁਸੀਂ ਜਾ ਕੇ ਆਪਦੀ ਟਿਊਸ਼ਨ ਵੀ ਭਰਨੀ ਹੁੰਦੀ ਆ ਠੀਕ ਹੈ ਜੀ ਤੇ ਫੰਡਿੰਗ ਦਾ ਜੇਕਰ ਤੁਸੀਂ ਮੇਨ ਮੈਂ ਤੁਹਾਨੂੰ ਸੇਮ ਫੰਡਿੰਗ ਦਾ ਦੱਸਾਂ ਕਿ ਫੰਡਿੰਗ ਤੇ ਜਿਆਦਾ ਪ੍ਰੋਬਲਮ ਆਉਂਦੀ ਆ ਬੰਦਿਆਂ ਨੂੰ ਠੀਕ ਆ ਫੰਡਿੰਗ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਆਪਦਾ ਬੈਲੈਂਸ ਸਰਟੀਫਿਕੇਟ ਬਣਾ ਕੇ ਤੁਸੀਂ ਆ ਭਾਵੇਂ ਮੇਰੇ ਹਿਸਾਬ ਨਾਲ ਤਾਂ ਪੈਸਾ ਕਢਵਾ ਵੀ ਲਓ ਐਡਾ ਕੋਈ ਚੱਕਰ ਨਹੀਂ ਹੈ ਕਦੇ ਵੀ ਬੈਂਕ ਦੇ ਵਿੱਚ ਕਾਲ ਨਹੀਂ ਕਰੂਗਾ ਹਾਂ ਜੇ ਉਹਨਾਂ ਨੂੰ ਸ਼ੱਕ ਹੋਵੇ ਤਾਂ ਬਾਅਦ ਚ ਕਰ ਸਕਦੇ ਐ ਸੋ ਆਪਣੇ ਫੰਡਿੰਗ ਦੀ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਇਸੇ ਕਰਕੇ ਮੈਂ ਕਿਹਾ ਸੀ ਕਿ ਤੁਹਾਡਾ 50 60 ਹਜ਼ਾਰ ਲੱਖ ਰੁਪਇਆ ਡੇਢ ਲੱਖ ਰੁਪਈਆ ਦਾ ਨੁਕਸਾਨ ਆਇਆ ਕਿਉਂਕਿ ਆਪਾਂ ਨੂੰ ਪਤਾ ਹੀ ਆ ਸਾਰੇ ਕਿ ਆਪਾਂ ਪੈਸੇ ਦੇ ਕੇ ਫੰਡ ਸ਼ੋਅ ਕਰਾਉਣੇ ਆ ਬਹੁਤ ਸਾਰੇ ਲੋਕ ਕਰਾਉਂਦੇ ਆ ਇੱਕ ਚੀਜ਼ ਮੈਂ ਦੱਸਣੀ ਭੁੱਲ ਗਾਇਆ ਇਸ ਵਿੱਚ ਥਰਡ ਪਾਰਟੀ ਦੇ ਫੰਡ ਵੀ ਐਸੈਪਟੇਬਲ ਹੁੰਦੇ ਆ ਜਿਵੇਂ ਕਿ ਤੁਹਾਡੇ ਅੱਧੇ ਫੰਡ ਤੁਸੀਂ ਆਪਦੇ ਆਪਦੇ ਮਾਤਾ ਪਿਤਾ ਦੇ ਕਰ ਲਏ ਠੀਕ ਆ ਅੱਧੇ ਤੁਹਾਡੇ ਭੈਣ ਭਰਾ ਆਦਿ ਕਰਤੇ ਤੇ ਅੱਧੇ ਤੁਸੀਂ ਆਪਦੇ ਕਿਸੇ ਬਲੱਡ ਰਿਲੇਸ਼ਨ ਦੇ ਵਿੱਚ ਵੀ ਕਰਾ ਸਕਦੇ ਆ ਇਹ ਤਾਂ ਕੋਈ ਚੱਕਰ ਨਹੀਂ ਹੈਗਾ ਥਰਡ ਪਾਰਟੀ ਤੋਂ ਕਰਾ ਸਕਦੇ ਆ ਇਹਦੇ ਵਿੱਚ ਫੰਡਿੰਗ ਹੋ ਜਾਂਦੀ ਆ ਹੁਣ ਦਾ ਸੈਂਸ ਸਿਨੈਰੀਓ ਚੇਂਜ ਹੋ ਗਿਆ ਮੈਂ ਬਟ ਇਦਾਂ ਇੰਨੀ ਜਲਦੀ ਨਹੀਂ ਸਿ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਥਰਡ ਪਾਰਟ ਸੋ ਅਗਰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਤੁਸੀਂ ਕਰਾ ਸਕਦੇ ਤਾਂ ਆਪਦੇ ਏਜੰਟ ਨੂੰ ਜ਼ਰੂਰ ਪੁੱਛਿਓ ਠੀਕ ਹੈ ਤੇ ਹੋਪ ਮੈਂ ਵੀਡੀਓ ਚ ਕਾਫੀ ਕੋ ਤੁਹਾਨੂੰ ਦੱਸਤਾ ਹੋਣਾ ਅਗਲੀ ਵੀਡੀਓ ਚ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਮੇਰਾ ਕਿਦਾਂ ਦਾ ਐਕਸਪੀਰੀਅੰਸ ਸੀ ਤੇ ਮੈਂ ਕੀ ਕੀਤਾ ਕੀ ਨਹੀਂ ਕਿਹੜੇ-ਕਿਹੜੇ ਸਵਾਲ ਆਏ ਸੀ ਮੈਨੂੰ ਤੇ ਕਿਹੜੇ-ਕਿਹੜੇ ਸਵਾਲ ਮੇਰੇ ਕੋਲ ਨਹੀਂ ਆਏ ਸੋ ਉਹਦੇ ਲਈ ਤੁਸੀਂ ਕਮੈਂਟ ਜ਼ਰੂਰ ਕਰਨਾ ਵਾ ਵੀਡੀਓ ਦੇ ਥੱਲੇ ਤੇ ਆਪਦਾ ਕਮੈਂਟ ਛੱਡਣਾ ਕਿ ਦੱਸਣਾ ਕਿ ਆਪਾਂ ਵੀਡੀਓ ਬਣਾਈਏ ਕਿ ਨਾ ਬਣਾਈਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮੇਰਾ ਭਰਾ ਜਿੰ ਜਿਹੜੇ ਮੇਰੇ ਭਰਾਵਾਂ ਨੂੰ ਲੱਗਦਾ ਕਿ ਇਹ ਤੁਹਾਡੇ ਲਈ ਵੀਡੀਓ ਨਹੀਂ ਹੈਗੀ ਤਾਂ ਤੁਸੀਂ ਵੀਡੀਓ ਜਰੂਰ ਸ਼ੇਅਰ ਕਰ ਦਿਓਗਾ ਜਿਹਨੂੰ ਯੂਐਸਏ ਬਾਰੇ ਇਨਫੋਰਮੇਸ਼ਨ ਮਿਲ ਜੇ ਜੀ ਦੀ ਜਾਣਕਾਰੀ ਚ ਵਾਦਾ ਹੋ ਜੇ ਸੋ ਵੀਡੀਓ ਚ ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਉਹਦੇ ਲਈ ਸੌਰੀ ਆ ਬਾਕੀ ਸੋ ਹੋਪ ਆ ਵੀਡੀਓ ਦੇ ਨਾਲ ਤੁਹਾਡੀ ਕਾਫੀ ਜ਼ਿਆਦਾ ਇਨਫੋਰਮੇਸ਼ਨ ਮਿਲ ਗਈ ਹੋਣੀ ਆ ਤੁਹਾਡੀ ਹੈਲਪ ਹੋ ਗਈ ਹੋਣੀ ਆ ਤਦ ਤੱਕ ਆਪਣਾ ਖਿਆਲ ਰੱਖੋ ਜੀ ਆਪਣੇ ਮਾਪੇ-ਪਪਾ ਦਾ ਖਿਆਲ ਰੱਖੋ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਤੇ ਅਲਾ ਹਫਿਜ਼ੀ